ਸ਼੍ਰੀ ਦਰਬਾਰ ਸਾਹਿਬ ਨੇੜੇ ਹੋਏ ਤਮਾਕੀ ਦਾ ਮਾਮਲਾ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਦਾ ਇਸ ਦੇ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਨਤਮਸਤਕ ਹੋਣ ਵਾਲੀ ਸੰਗਤ ਨੂੰ ਰੋਕਣ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਤਿੰਨ ਤਮਾਕਿਆਂ ਦੀ ਸਾਜ਼ਿਸ਼ ਦੀ ਗਹਿਰਾਈ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਗਲਿਆਰੇ ਵਿੱਚ ਲਗਾਤਾਰ ਇੱਕ ਨਹੀਂ ਦੋ ਨਹੀਂ ਤਿੰਨ ਲਗਾਤਾਰ ਤਮਾਕੇ ਹੋਣੇ ਚਿੰਤਾ ਦੀ ਗੱਲ ਵੀ ਆ ਔਰ ਮੈਂ ਸਮਝਦਾ ਪੰਜਾਬ ਦੇ ਅਮਨ ਕਾਨੂੰਨ ਦੀ ਵਿਗੜ ਰਹੀ ਵਿਵਸਥਾ ਦੀ ਨਿਸ਼ਾਨੀ ਵੀ ਆ ਉਹ ਅਫਸੋਸ ਇਸ ਗੱਲ ਦਾ ਕਿ ਪਹਿਲੇ ਧਮਾਕਾ ਇਹਨੂੰ ਸੀਰੀਅਸ ਨਾ ਲਿਆ ਪੰਜਾਬ ਸਰਕਾਰ ਦੇ ਪ੍ਰਸ਼ਾਸਨ ਨੇ ਦੂਜੇ ਨੂੰ ਸੀਰੀਅਸ ਨਾ ਲਿਆ ਤੀਜਾ ਧਮਾਕਾ ਵੀ ਜੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਪੂਰੇ ਚੌਕਸ ਨਾ ਹੁੰਦੇ ਤੇ ਜੇ ਤਾਂ ਨਾ ਕਰਦੇ ਸ਼ਾਇਦ ਇਹ ਵੀ ਤੇ ਦੋ ਪਿਛਲੇ ਧਮਾਕਿਆਂ ਹਸ਼ਰ ਹੁੰਦਾ ਸੋ ਅੱਜ ਅਸੀਂ ਇਹ ਮੰਨ ਕਰਦੇ ਆ ਕਿ ਇਹਨਾਂ ਦੇ ਪਿੱਛੇ ਸਾਜ਼ਿਸ਼ ਕੀਤੀ ਆ ਕੁਝ ਲੋਗ ਐਸੇ ਨੇ ਜਿਹੜੇ ਸ੍ਰੀ ਦਰਬਾਰ ਸਾਹਿਬ ਦੀ ਵੱਧ ਰਹੀ ਹੁਕਮਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਵਾ ਸਮਝਦਾ ਉਹਨਾਂ ਲੋਕਾਂ ਦਾ ਕਿਤੇ ਨਾ ਕਿਤੇ ਇਹਦੇ ਪਿੱਛੇ ਹੱਥ ਹੋਣ ਦੇ ਕੈਸੇ ਨਜ਼ਰ ਆ ਰਹੇ ਨੇ ਕਿਉਂਕਿ ਅੱਜ ਦੇਸ਼ ਹੀ ਨਹੀਂ ਦੁਨੀਆ ਭਰ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੀ ਪ੍ਰਸਿੱਧਤਾ ਆਸਥਾ ਸ਼ਤਕਾਰ ਜੋ ਦੇਸ਼ ਤੇ ਦੁਨੀਆਂ ਦੇ ਸੰਗਤ ਦਾ ਇਕੱਠ ਆਉਂਦਾ ਹੁੰਦਾ ਉਹਨੂੰ ਦੇਖ ਕੇ ਚਰਚਾ ਵਿੱਚ ਆ ਤੇ ਕੁਝ ਲੋਕਾਂ ਨੂੰ ਇਹ ਜਿਹੜੀ ਆਸਤਾ ਤੇ ਸਤਕਾਰ ਆ ਸ਼ਾਇਦ ਹਾਜ਼ਮ ਨਹੀਂ ਹੁੰਦਾ ਉਹ ਸਾਦ ਸਾਂ ਪਿਛੇ ਹੱਥ ਹਲ ਸਕਦਾ